ਗੁੱਡ ਮਾਰਨਿੰਗ ਸਟੂਡੈਂਟਸ ਆਪਾਂ ਫਿਜ਼ਿਕਸ ਦਾ ਸਿਲੇਬਸ ਸਟਾਰਟ ਕਰਨ ਤੋਂ ਪਹਿਲਾਂ ਕੁਝ ਆਪਣੇ ਕੋਲੇ ਮੈਥਮੈਟਿਕਲ ਟੂਲਸ ਹੈਗੇ ਆ ਜਿਨ੍ਹਾਂ ਨੂੰ ਆਪਾਂ ਅੱਗੇ ਕੀ ਹੈ ਯੂਜ਼ ਕਰਦੇ ਆ ਐਕਸਪ੍ਰੈਸ਼ਨ ਦੇ ਵਿੱਚ ਇਸ ਲਈ ਆਪਾਂ ਅੱਜ ਇਹਨਾਂ ਨੂੰ ਸਟੱਡੀ ਕਰਨਾ ਹੈ ਅਲਜੈਬਰਾ ਐਂਡ ਟ੍ਰਿਗਨੋਮੈਟਰੀ ਤੁਸੀਂ ਕੀਤੇ ਹੋਏ ਆ ਆਪਾਂ ਕੀ ਹੈ ਕੋਆਰਡੀਨੇਟ ਜਿਓਮੈਟਰੀ ਡਿਫਰੈਂਸ਼ੀਏਸ਼ਨ ਐਂਡ ਇੰਟੀਗ੍ਰੇਸ਼ਨ ਇਹਨਾਂ ਤਿੰਨਾਂ ਬਾਰੇ ਸਟੱਡੀ ਕਰਾਂਗੇ ਅੱਜ ਠੀਕ ਹੈ ਫਰਸਟ ਜਿਹੜਾ ਤੁਹਾਡੇ ਕੋਲੇ ਕੋਆਰਡੀਨੇਟ ਜਿਓਮੈਟਰੀ ਕואਡੀਨੇਟ ਜੀਓਮੈਟਰੀ ਦੇ ਵਿੱਚ ਕੀ ਆ ਹੁਣ ਸਪੋਜ਼ ਐਕਸ ਵਾਈ ਪਲੇਨ ਹੈ ਐਕਸ ਵਾਈ ਪਲੇਨ ਦੇ ਵਿੱਚ ਆਪਣੇ ਕੋਲੇ ਕੋਈ ਵੀ ਪੁਆਇੰਟ ਹੈਗਾ ਪੀ ਪੁਆਇੰਟ ਆਪਾਂ ਪੀ ਪੁਆਇੰਟ ਤੋਂ ਕੀ ਇੱਕ ਪਰਪੈਂਡੀਕੂਲਰ ਡਰਾ ਕੀਤਾ ਐਕਸ ਐਕਸਿਸ ਦੇ ਉੱਪਰ ਐਕਸ ਐਕਸਿਸ ਦੇ ਉੱਪਰ ਪਰਪੈਂਡੀਕੂਲਰ ਡਰਾ ਕੀਤਾ ਪੀ ਪੁਆਇੰਟ ਤੋਂ ਹੁਣ ਸਪੋਜ਼ ਉਹ ਤੋਂ ਲੈ ਕੇ ਐਮ ਤੱਕ ਆਪਣਾ ਡਿਸਟੈਂਸ ਕਿੰਨਾ ਹੈਗਾ ਐਕਸ ਹੈ ਪੀ ਤੋਂ ਲੈ ਕੇ ਐਮ ਤੱਕ ਡਿਸਟੈਂਸ ਹੈਗਾ ਆਪਾਂ ਵਾਈ ਥੈਨ ਆਪਾਂ ਕੀ ਹੈ ਜਿਹੜਾ ਪੁਆਇੰਟ ਪੀ ਐਕਸ ਵਾਈ ਪਲੇਨ ਦੇ ਵਿੱਚ ਉਸ ਨੂੰ ਰਿਪਰੈਜ਼ੈਂਟ ਕਿਵੇਂ ਕਰ ਸਕਦੇ ਆ ਪੀ ਐਕਸ ਵਾਈ ਠੀਕ ਹੈ x ਹੈਗਾ ਜਿਹੜਾ ਉਸ ਨੂੰ ਆਪਾਂ ਕੀ ਕਹਾਂਗੇ x ਕੋਆਰਡੀਨੇਟ ਔਰ ਐਫਿਸਾ y ਨੂੰ ਆਪਾਂ ਕੀ ਕਹਾਂਗੇ y ਕੋਆਰਡੀਨੇਟ ਔਰ ਆਰਡੀਨੇਟ ਆਫ ਦਾ ਪੁਆਇੰਟ p ਹੁਣ ਹੈਗਾ ਤੁਹਾਡੇ ਕੋਲ ਲੋਕਸੋਫਾ ਪੁਆਇੰਟ ਲੋਕਸ ਦਾ मीनिंग ਕੀ ਹੈ ਕੋਈ ਵੀ ਪੁਆਇੰਟ ਆਪਣੇ ਕੋਲੇ ਠੀਕ ਹੈ ਪੁਆਇੰਟ ਕੀ ਹੈ ਅਲੱਗ-ਅਲੱਗ ਡਿਫਰੈਂਟ ਕੰਡੀਸ਼ਨ ਦੇ ਵਿੱਚ ਕਨਸਟੈਂਟ ਆਪਣੇ ਕੋਲੇ ਉਹ ਪੁਆਇੰਟ ਆਪਣੇ ਕੋਲੇ ਪਾਥ ਹੈ ਜਿਹੜਾ ਉਹ ਦਾ ਸਟੇਟ ਵੀ ਹੋ ਸਕਦਾ ਹੈ ਸਰਕੂਲਰ ਪੈਰਾਬੋਲਿਕ ਐਲੀਪਟੀਕਲ ਹਾਈਪਰਬੋਲਿਕ ਕੋਈ ਵੀ ਪਾਥ ਇਹਨਾਂ ਦੇ ਵਿੱਚੋਂ ਆਪਣੇ ਜਿਹੜਾ ਪੁਆਇੰਟ ਹੈਗਾ ਉਹ ਕੀ ਹੈ ਹੋ ਸਕਦਾ ਪਾਥ ਹੋ ਸਕਦਾ ਹੁਣ ਅਗਰ ਆਪਣੇ ਕੋਲੇ ਇਕੇਸ਼ਨ ਇਦਾਂ ਦੀ ਫਾਰਮ ਦੇ ਵਿੱਚ ਹੈਗੀ ਹੈ ਇਦਾਂ ਦੀ ਫਾਰਮ ਦੇ ਵਿੱਚ ਹੈਗੀ ਹੈ ax by c 0 then ਆਪਣੇ ਕੋਲੇ ਜਿਹੜਾ ਪੁਆਇੰਟ ਹੋ ਕੀ ਹੈ ਸਟ੍ਰੇਟ ਲਾਈਨ ਉਸ ਦਾ ਪਾਥ ਕੀ ਹੋਏਗਾ ਆਪਣੇ ਕੋਲੇ ਸਟ੍ਰੇਟ ਲਾਈਨ ਪਾਥ ਹੋਏਗਾ ਅਗਰ ਆਪਣੇ ਕੋਲੇ ਇਕੁਏਸ਼ਨ ਇਸ ਤਰੀਕੇ ਨਾਲ ਹੈਗਾ x2 y2 2gx 2fy c 0 then ਆਪਣੇ ਕੋਲੇ ਜੜਾ ਪਾਥ ਹੈਗਾ ਪੁਆਇੰਟ ਦਾ ਉਹ ਆਪਣੇ ਕੋਲੇ ਕੀ ਹੋਏਗਾ ਸਰਕਲ ਠੀਕ ਹੈ ਥਰਡ ਆਪਣੇ ਕੋਲੇ ਅਗਰ ਇਕੁਏਸ਼ਨ ਇਹ ਵਾਲੀ ਫਾਰਮ ਚ ਹੈਗੀ ਹੈ ax2 by2 2gx 2fy 2hxy c 0 ਇਹ ਇਕੁਏਸ਼ਨ ਆਪਣੇ ਕੋਲੇ ਕੀ ਰਿਪਰੈਜ਼ੈਂਟ ਕਰ ਰਹੀ ਹੈ ਕੋਨਿਕ ਠੀਕ ਹੈ ਅ ਫਰਦਰ ਫਿਰ ਆਪਾਂ ਨੂੰ ਇਨਵੈਸਟੀਗੇਸ਼ਨ ਕਰਨੀ ਪੈਣੀ ਹੈ ਇਸ ਦੀ ਅ ਫਸਟ ਕੰਡੀਸ਼ਨ ਹੈਗੀ ਹੈ ਅਗਰ ਪੈਰਾਬੋਲਾ ਹੈ ਪੈਰਾਬੋਲਾ ਲਈ ਦੋ ਕੰਡੀਸ਼ਨ ਸੈਟੀਸਫਾਈ ਹੋਣੀਆਂ ਜ਼ਰੂਰੀ ਹੈ ਫਸਟ ਹੈ h2 ab 0 ਸੈਕਿੰਡ ਹੈ abc 2fgh af2 bg2 ch2 ਨਾਟ ਇਕੁਅਲ ਟੂ 0 ਅਗਰ ਦੋਨੋਂ ਇਹ ਕੰਡੀਸ਼ਨ ਸੈਟੀਸਫਾਈ ਕਰ ਰਹੀ ਹੈ ਦੋਨੋਂ ਆਪਣੇ ਕੋਲੇ ਉਬੇ ਕਰ ਰਹੀ ਹੈ ਥੈਨ ਆਪਣੇ ਕੋਲੇ ਜਿਹੜਾ ਪੁਆਇੰਟ ਹੈ ਉਸ ਦਾ ਪਾਥ ਹੈਗਾ ਪੈਰਾਬੋਲਾ सैकेंड है अलिप्स अलिपस के लिए अपने को है एच स्केयर माइनस ए बी लैस दैन होना चाहिए जीरो के नो एंड सैकंड कंडीशन है ए प्लस बी इन टू ए बी सी प्लस टू एफ जी एच माइनस ए एफ स्केयर माइनस बी जी स्केयर माइनस सी एच स्केयर लैस दैन होना चाहिए जीरो दैन अपने को ले पाथ कह अलिपस ਥਰਡ ਹੈ ਗਿਆ ਆਪਣੇ ਕੋਲੇ ਹਾਈਪਰਬੋਲਾ ਹਾਈਪਰਬੋਲਾ ਦੇ ਲਈ ਤੁਹਾਡੇ ਕੋਲੇ ਕੀ ਹੋਣਾ ਚਾਹੀਦਾ h2 ab গ্রেਟਰ দন ਹੋਣਾ ਚਾਹੀਦਾ 0 ਦੇ ਨਾਲ ਐਂਡ ਸੈਕੰਡ ਕੰਡੀਸ਼ਨ ਹੈਗੀ ਆ abc 2fgh af2 bg2 ch2 नॉट इक्वल टू 0 ਇਹ ਆਪਣੇ ਕੋਲੇ ਦੋਨੋਂ ਕੰਡੀਸ਼ਨਸ ਕਿਸ ਦੇ ਲਈ ਹੈ ਹਾਈਪਰਬੋਲਾ ਦੇ ਲਈ ਇਹ ਐਕਸਰਸਾਈਜ਼ ਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ ਰਿਪਰਜੈਂਡ ਮਤਲ ਜਿਹੜੀ ਕਿਸ਼ਨ ਆਪਣੇ ਕੋਲੇ ਦਿੱਤੀ ਹੋਈ ਹੈ ਉਹ ਤੁਸੀਂ ਦੱਸਨੇ ਵੀ ਸਟ੍ਰੇਟ ਲਾਈਨ ਹੈ ਸਰਕਲ ਹੈ ਔਰ ਪੈਰਾਬੋਲ ਇਹ ਐਕਸਰਸਾਈਜ਼ ਤੁਸੀਂ ਕੀ ਹੈ ਆ ਖੁਦ ਆਪਣੇ ਆਪ ਕਰਨੀ ਹੈ ਉਸ ਤੋਂ ਨੈਕਸਟ ਹੈਗੇ ਆਪਣੇ ਕੋਲੇ ਰਜੇ ਡਿਫਰੈਂਸ਼ੀਏਸ਼ਨ ਡਿਫਰੈਂਸ਼ੀਏਸ਼ਨ ਦੇ ਵਿੱਚ ਕੀ ਹੈ ਫਸਟ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਨਸਟੈਂਟ ਕੀ ਹੈ ਵੇਰੀਏਬਲ ਐਂਡ ਫੰਕਸ਼ਨ ਇਹਨਾਂ ਦੀ ਡੈਫੀਨੇਸ਼ਨ ਪਤਾ ਹੋਣੀ ਚਾਹੀਦੀ ਹੈ ਕਨਸਟੈਂਟ ਆਪਣੇ ਕੋਲ ਐਵੇਂ ਦੀ ਕੁਆਂਟੀਟੀ ਹੈ ਜਿਸ ਦੀ ਆਪਣੀ ਜਿਹੜੀ ਵੈਲਿਊ ਹੈ ਉਹ ਹਮੇਸ਼ਾ ਕੀ ਰਹਿਣੀ ਚਾਹੀਦੀ ਹੈ ਅਨਚੇਂਜਡ ਕੋਈ ਵੀ ਆਪਾਂ ਮੈਥਮੈਟਿਕਲ ਆਪਰੇਸ਼ਨ ਲਗਾ ਦਿਓ ਉਸ ਦੇ ਉੱਪਰ ਕੁਆਂਟੀਟੀ ਦੀ ਵੈਲਿਊ ਹਮੇਸ਼ਾ ਅਨਚੇਂਜਡ ਰਹਿਣੀ ਚਾਹੀਦੀ ਹੈ ਉਸ ਨੂੰ ਆਪਾਂ ਕੁਆਂਟੀਟੀ ਨੂੰ ਕਿਹੜੀ ਕੁਆਂਟੀਟੀ ਕਹਿ ਦਿੰਦੇ ਹਾਂ ਕਨਸਟੈਂਟ ਫਾਰ ਇਗਜ਼ਾਮਪਲ ਤੁਹਾਡੇ ਕੋਲ ਇੰਟੀਜਰ ਹੋਗੇ ਫ੍ਰੈਕਸ਼ਨ ਹੈ ਪਾਈ ਹੈ ਈ ਹੈ ਸਾਰੇ ਆਪਣੇ ਕੋਲ ਕੀ ਹੈ ਕਨਸਟੈਂਟ ਹੈ ਨੈਕਸਟ ਹੈਗੀ ਇਹ ਵੇਰੀਏਬਲ ਆਪਣੇ ਕੋਲ ਕੋਈ ਵੀ ਕੁਆਂਟੀਟੀ ਹੈ ਜਿਸ ਦੀ ਵੈਲਿਊ ਆਪਣੇ ਕੋਲੇ ਕੀ ਹੈ ਚੇਂਜ ਹੋ ਰਹੀ ਹੈ ਚੇਂਜ ਹੋ ਰਹੀ ਹੈ ਉਸ ਨੂੰ ਆਪਾਂ ਕੀ ਕਹਾਂਗੇ ਵੇਰੀਏਬਲ ਫਾਰ ਇਗਜ਼ਾਮਪਲ ਤੁਹਾਡੇ ਕੋਲ ਜਿਵੇਂ x y z ਇਹ ਕੀ ਨੇ ਵੇਰੀਏਬਲ ਹੈ ਹੁਣ ਫੰਕਸ਼ਨ ਫੰਕਸ਼ਨ ਕੀ ਹੈ ਕੋਈ ਵੀ ਕੁਆਂਟੀਟੀ ਬਾਈ ਉਸ ਨੂੰ ਆਪਾਂ ਫੰਕਸ਼ਨ ਕਦੋਂ ਕਹਾਂਗੇ ਆਫ ਅ ਵੇਰੀਏਬਲ x ਦਾ ਜਦੋਂ ਆਪਣੇ ਕੋਲੇ ਕੀ ਹੈ ਕੋਈ ਵੀ ਵੈਲਿਊ ਹੈਗੀ ਹੈ x ਦੀ ਕਿਸੇ ਵੀ ਵੈਲਿਊ ਐਕਸ ਦੇ ਉੱਪਰ ਆਪਣਾ ਜਿਹੜਾ ਵਾਈ ਦੀ ਵੈਲਿਊ ਉਹ ਕੀ ਹੋਊਗੀ ਸਿੰਗਲ ਡੈਫੀਨਿਟ ਵੈਲਿਊ ਤੇ ਆਪਣੇ ਕੋਲੇ ਐਗਜ਼ਿਸਟ ਕਰਨਾ ਚਾਹੀਦਾ ਹੈ ਵਾਈ ਇਸ ਇਕੁਅਲ ਟੂ ਐਫ ਐਕਸ ਵਾਈ ਆਪਣੇ ਕੋਲੇ ਫੰਕਸ਼ਨ ਕਦੋਂ ਕਹਾਂਗੇ ਆਪਾਂ ਐਕਸ ਵੇਰੀਏਬਲ ਦਾ ਜਦੋਂ ਆਪਣੇ ਕੋਲੇ ギਵਨ ਵੈਲਿਊ ਹੈ ਕੋਈ ਵੀ ਵੈਲਿਊ ਦਿੱਤੀ ਹੋਈ ਹੈ ਐਕਸ ਦੀ ਉਸ ਦੇ ਉੱਪਰ ਆਪਣੇ ਕੋਲੇ ਜਿਹੜਾ ਵਾਈ ਹੈ ਉਹ ਐਗਜ਼ਿਸਟ ਕਰਨਾ ਚਾਹੀਦਾ ਹੈ ਸਿੰਗਲ ਡੈਫੀਨਿਟ ਵੈਲਿਊ ਦੇ ਉੱਪਰ ਉਸ ਨੂੰ ਆਪਾਂ ਕੀ ਕਹਾਂਗੇ ਫੰਕਸ਼ਨ ਕਹਾਂਗੇ ਹੁਣ ਤੁਹਾਡੇ ਕੋਲੇ ਹੈਗਾ ਡਿਫਰੈਂਸ਼ੀਏਸ਼ਨ ਡਿਫਰੈਂਸ਼ੀਏਸ਼ਨ ਨੂੰ ਆਪਾਂ ਕੀ ਕਹਿ ਸਕਦੇ ਆ ਡੈਰੀਵੇਟਿਵ ਠੀਕ ਹੈ ਡੈਰੀਵੇਟਿਵ ਤੇ ਇਸ ਦੇ ਲਈ ਆਪਾਂ ਕੀ ਕਰਨਾ ਕੁਝ ਫਾਰਮੂਲੇ ਆਪਣੇ ਕੋਲੇ ਦਿੱਤੇ ਹੋਏ ਆ ਉਹ ਆਪਾਂ ਡਿਸਕਸ ਕਰਾਂਗੇ ਹੁਣ ਫਾਰ ਐਗਜ਼ਾਮਪਲ ਤੁਹਾਡੇ ਕੋਲ ਹੈਗਾ ਤੁਹਾਨੂੰ ਫੰਕਸ਼ਨ ਦਿੱਤਾ ਹੋਇਆ y x ਦੀ ਪਾਵਰ n ਠੀਕ ਹੈ ਉਹਦਾ ਡੈਰੀਵੇਟਿਵ ਕੀ ਹੋਗਾ ਡੀ अपॉन ਡੀ ਐਕਸ ਡੀ अपॉन ਡੀ ਐਕਸ ਸਾਈਨ ਹੈਗਾ ਡੈਰੀਵੇਟਿਵ ਦਾ ਐਕਸ ਦੀ ਪਾਵਰ ਐਨ ਦਾ ਡੈਰੀਵੇਟਿਵ ਆਪਣੇ ਕੋਲੇ ਕੀ ਆਉਣਾ ਚਾਹੀਦਾ ਹੈ ਇਹ ਜਿਹੜੀ ਪਾਵਰ ਹੈ ਉਸ ਦੀ ਅੱਗੇ ਆਵੇਗੀ ਪਾਵਰ ਅੱਗੇ ਆ ਕੇ ਆਪਣੇ ਕੋਲ ਐਕਸ ਦੀ ਪਾਵਰ ਦੇ ਵਿੱਚ ਜਿੰਨਾ ਹੈਗਾ ਉਸ ਦੇ ਵਿੱਚੋਂ 1 ਕੀ ਹੈ ਮਾਈਨਸ ਹੋ ਜਾਏਗਾ ਠੀਕ ਹੈ ਇਹ ਡੈਰੀਵੇਟਿਵ ਦਾ ਕੀ ਹੈ ਫਾਰਮੂਲਾ ਹੈ ਐਕਸ ਦੀ ਪਾਵਰ ਐਨ ਦਾ ਡੈਰੀਵੇਟਿਵ ਕਿੰਨਾ ਹੈਗਾ ਐਨ ਐਕਸ ਦੀ ਪਾਵਰ ਐਨ ਮਾਈਨਸ 1 ਹੁਣ ਤੁਹਾਡੇ ਕੋਲੇ ਸਪੋਜ਼ ਕੋਈ ਵੀ ਫੰਕਸ਼ਨ ਹੈ जिमें आप की थोड़े तो uh, को फंक्शन है वाई इज इक्व टू वाई इज एक टू एक्स स्केर आपटिव फाइंड आउट करना पहला आपका एक्स पावर एन का कि डेरीवेटिव डी ऑफ डी एक्स इज इक्स टू एन एक्स पावर एन माइनस वन ए फॉर्मूलाता अपना एज्ड डेरीवेटिव अपने को डी अपॉन डीएक्स एक्स की कियर ਹੁਣ n ਐਨਾ ਇੱਥੇ ਆਪਣੇ ਕੋਲ ਕਿੰਨਾ ਹੈਗਾ 2 2 ਆਪਣੇ ਕੋਲ ਅੱਗੇ ਆਏਗਾ x 2 1 n ਦੇ ਵਿੱਚੋਂ -1 ਕਿਉਂ ਰਿਹਾ ਹੋ ਰਿਹਾ ਤਾਂ ਆਪਣੇ ਕੋਲ ਇਸ ਦਾ ਡੈਰੀਵੇਟਿਵ ਕਿੰਨਾ ਆਵੇਗਾ 2x ਠੀਕ ਹੈ ਇਹ ਹੈਗਾ ਡੈਰੀਵੇਟਿਵ ਹੁਣ ਨੈਕਸਟ ਆਪਣੇ ਕੋਲੇ ਕੁਝ ਫਾਰਮੂਲੇ ਦਿੱਤੇ ਹੋਏ ਆ ਜਿਵੇਂ ਤੁਹਾਡੇ ਕੋਲ ਹੈਗਾ d/dx c c ਹੁਣ ਆਪਣਾ ਕੀ ਹੈ ਇੱਥੇ ਕਨਸਟੈਂਟ ਹੈ ਕਨਸਟੈਂਟ ਦੀ ਵੈਲਿਊ ਕੀ ਰਹਿੰਦੀ ਆਪਣੇ ਕੋਲੇ ਅਨਚੇਂਜ ਇਸੇ ਕਰਕੇ ਇਸ ਦਾ ਡੈਰੀਵੇਟਿਵ ਜਿਹੜਾ ਹੈ ਕੀ ਆਊਗਾ ਜ਼ੀਰੋ ਕਿਸੇ ਵੀ ਕਨਸਟੈਂਟ ਦਾ ਡੈਰੀਵੇਟਿਵ ਆਪਣੇ ਕੋਲੇ ਕੀ ਆਉਣਾ ਚਾਹੀਦਾ ਹੈ ਜ਼ੀਰੋ ਹੁਣ y c u c ਆਪਣੇ ਕੋਲੇ ਕਨਸਟੈਂਟ ਹੈ u ਕੀ ਹੈ ਫੰਕਸ਼ਨ ਆਫ x ਕਨਸਟੈਂਟ ਦਾ ਡੈਰੀਵੇਟਿਵ ਆਪਣੇ ਕੋਲੇ ਨਹੀਂ ਹੋਏਗਾ ਓਨਲੀ ਡੈਰੀਵੇਟਿਵ ਕੀ ਦਾ ਹੋਏਗਾ u ਦਾ ਤਾਂ d dy dv dy dx ਕਿਸਦੇ ਹੈ डी अपॉन डीएक्स इंटू आ वाला फंक्शन पुट कर देंगे सी इंटू यू हूँ अपने को सी कॉन्सटेंट एज इट इज डेरीवेटिव किसका होगा ओनली यू का सी डी यू अपॉन डीएक्स उस नैक्सट है वाई इज इक्स टू यू यू प्लस माइनस वी प्लस माइनस डबल्यू एज का डेरीवेटिव आप एज का डेरीवेटिव आप करें डी अपॉन डी एक्स यू Plus, v plus, w a ਕਿਸ ਦੇ ਇਕਲ ਹੈ de upon dx plus, dv upon dx plus, dw upon dx फोर्थ ਆਪਣੇ ਕੋਲ ਹੈਗਾ y u v ਹੁਣ ਆਪਣੇ ਕੋਲ ਦੋ ਫੰਕਸ਼ਨ ਦੇ ਵਿੱਚ ਕੀ ਦਿੱਤੇ ਹੋਏ ਆ u ਤੇ v ਦੋਨੇ ਆਪਣੇ ਕੋਲ ਫੰਕਸ਼ਨ ਕਿਸ ਦੇ ਹੈਗੇ x ਦੇ ਹੈ ਇਹਨਾਂ ਦੋਨਾਂ ਦਾ ਆਪਣੇ ਕੋਲੇ ਕੀ ਹੋਣਾ ਚਾਹੀਦਾ ਹੈ ਡੈਰੀਵੇਟ ਹੋ ਦੋਨੋਂ ਹੀ ਆਪਣੇ ਕੋਲੇ ਵੇਰੀਏਬਲ ਹੈ ਕੋਈ ਵੀ ਕਨਸਟੈਂਟ ਨਹੀਂ ਹੈਗਾ ਦੋਨਾਂ ਦੇ ਵਿੱਚੋਂ ਤਾਂ a ਇਸ ਦਾ ਫਾਰਮੂਲਾ ਕੀ ਹੈ ਫਰਸਟ ਐਜ਼ ਇਟ ਇਜ਼ ਸਪੋਜ਼ a ਫਰਸਟ ਫੰਕਸ਼ਨ ਹੈ a ਸਕਿੰ ਹੈ ਫਰਸਟ ਐਜ਼ ਇਟ ਇਜ਼ ਸੈਕਿੰਡ ਦਾ ਡੈਰੀਵੇਟਿਵ ਪਲੱਸ ਸੈਕਿੰਡ ਐਜ਼ ਐਜ਼ ਇਟ ਇਜ਼ ਫਰਸਟ ਦਾ ਡੈਰੀਵੇਟਿਵ ਇਹ ਜਦੋਂ ਆਪਣੇ ਕੋਲੇ ਦੋ ਮਲਟੀਪਲਾਈ ਦੇ ਵਿੱਚ ਫੰਕਸ਼ਨ ਦਿੱਤੇ ਹੋਏ ਆ ਉਸ ਦਾ ਕੀ ਹੈ ਡੈਰੀਵੇਟਿਵ ਕਰਨ ਦਾ ਫਾਰਮੂਲਾ ਹੈ ਨੈਕਸਟ ਫਾਰਮੂਲੇ ਤੋਂ ਡੇ ਕੋਲੇ ਦੋ ਫੰਕਸ਼ਨ ਦਿੱਤੇ ਹੋਏ ਆ ਦੋ ਵੇਰੀਏਬਲ ਆ ਦੋਨੇ ਕੀ ਹੈ ਰੇਸ਼ਿਓ ਦੇ ਵਿੱਚ ਹੈ y u v ਇਸ ਦਾ ਕੀ ਫਾਰਮੂਲਾ ਹੈ ਇਹ ਫਰਸਟ ਫੰਕਸ਼ਨ ਹੈ ਸੈਕਿੰਡ نیچے ਵਾਲਾ ਜਿਹੜਾ ਸੈਕਿੰਡ ਫੰਕਸ਼ਨ ਹੈ ਉਹ ਸੀ ਪਹਿਲਾਂ ਆਪਾਂ ਸਕੁਅਰ ਕਰਾਂਗੇ ਠੀਕ ਹੈ ਉੱਪਰ ਜਿਹੜਾ ਲੱਗੇ ਹੋ ਕੀ ਹੈ ਸੈਕਿੰਡ ਫੰਕਸ਼ਨ ਉੱਪਰ ਵਾਲੇ ਦਾ ਡੈਰੀਵੇਟਿਵ ਮਾਈਨਸ ਉੱਪਰ ਵਾਲਾ ਐਜ਼ ਇਟ ਇਜ਼ ਨੀਚੇ ਵਾਲੇ ਦਾ ਡੈਰੀਵੇਟਿਵ ਇਹ ਆਪਾਂ ਜਦੋਂ ਰੇਸ਼ਿਓ ਦੇ ਵਿੱਚ ਦਿੱਤੇ ਹੋਏ ਆ ਉਹ ਫਾਰਮੂਲਾ ਹੈ ਇਹ ਆਪਾਂ ਕਰੀ ਚੁੱਕੇ ਆ x ਦੀ ਬਰਾਬਰ n ਦਾ nx ਦੀ ਬਰਾਬਰ n 1 ਉਸ ਵਾ ਤੁਹਾਡੇ ਕੋਲੇ ਹੈ ਗਿਆ ਹੁਣ ਅਗਰ ਆਪਣੇ ਕੋਲੇ ਹੈ ਗਿਆ ਸਾਈਨ ਫੰਕਸ਼ਨ ਦੇ ਵਿੱਚ ਆਪਾਂ ਨੂੰ ਸਾਈਨ ਦਿੱਤਾ ਹੋਇਆ ਸਾਈਨ ਦਾ ਡੈਰੀਵੇਟਿਵ ਕੀ ਆ ਆਪਣੇ ਕੋਲੇ cos x ਠੀਕ ਹੈ ਤੇ cos ਦਾ ਆਪਣੇ ਕੋਲੇ ਕੀ ਆਏਗਾ cos ਡੈਰੀਵੇਟਿਵ cos x -sin x ਡੈਰੀਵੇਟਿਵ ਹੈਗਾ e ਦੀ ਪਾਵਰ x ਦਾ ਐਜ਼ ਇਟ ਇਜ਼ e ਦੀ ਪਾਵਰ x ਹੀ ਰਹੇਗਾ ਅਗਰ ਆਪਣੇ ਕੋਲੇ ਕੀ ਹੈ ਇੱਕ tie ਪਾਵਰ ਦੀ ਜਗ੍ਹਾ ਤੇ ਆਪਾਂ ਰਿਪਲੇਸ ਕਰ ਦਈਏ ax b ਦੇ ਨਾਲ ਹੁਣ ਆਪਣੇ ਕੋਲੇ ਕੀ ਹੈ b ਕਨਸਟੈਂਟ ਹੈ a ਦਾ ਡੈਰੀਵੇਟਿਵ ਹੋਏਗਾ ਬਿਕਾਜ਼ x ਦੇ ਨਾਲ ਲੱਗਿਆ e ਦੀ ਪਾਵਰ ax b ਫਿਰ ਪਾਵਰ ਦਾ ਕੀ ਆ ਜੂਗਾ a ਡੈਰੀਵੇਟਿਵ ਆਫ log x ਇਸ ਇਕੁਅਲ ਟੂ 1 x ਇਹ ਆਪਣੇ ਕੋਲੇ ਕੁਝ ਡੈਰੀਵੇਟਿਵਸ ਦੇ ਫਾਰਮੂਲੇ ਆ ਉਸ ਤੋਂ ਬਾਅਦ ਹੈਗੇ ਆਪਣੇ ਕੋਲੇ ਇੰਟੀਗ੍ਰੇਸ਼ਨ ਹੁਣ ਇੰਟੀਗ੍ਰੇਸ਼ਨ ਕੀ ਹੈ ਆਪਣੇ ਕੋਲੇ ਸਪੋਜ਼ ਆਵਲਾ xy ਪਲੇਨ ਦੇ ਵਿੱਚ ਜਿਹੜੀ ਤੁਸੀਂ ਇਹ ਵਾਲੀ ਕਰਵ ਦੇਖ ਰਹੇ ਹੋ pqml ਠੀਕ ਹੈ pqml ਸਪੋਜ਼ ਆਪਾਂ ਇਹ ਪੂਰੀ ਕਰਵ ਦਾ ਕੀ ਫਾਈਂਡ ਆਊਟ ਕਰਨਾ ਹੈ ਏਰੀਆ ਫਾਈਂਡ ਆਊਟ ਕਰਨਾ ਹੈ ਹੁਣ ਅਗਰ ਆਪਾਂ ਇਸ ਏਰੀਆ ਨੂੰ ਫਾਈਂਡ ਆਊਟ ਕਰਨ ਦੇ ਲਈ ਇਹ ਵਾਲਾ ਜਿਹੜਾ ਏਰੀਆ ਉਸ ਨੂੰ ਨੰਬਰ ਆਫ ਏਰੀਆਸ ਦੇ ਵਿੱਚ ਡਿਵਾਈਡ ਕਰ ਦਈਏ ਤੇ ਇਹ ਜਿਹੜਾ স্মਲ ਪਾਰਟ ਹੈ ਇਸ ਦੀ ਵੈਲਿਊ ਆਪਾਂ ਨੂੰ ਦਿੱਤੀ ਹੋਈ ਹੈ ਦੈਨ ਆਪਾਂ ਜਦੋਂ ਇਸ ਦੀ ਪੂਰੀ ਆਹ ਵਾਲੀ ਵੈਲਿਊ ਨੂੰ ਕੀ ਕਰਦਾਂਗੇ ਇੰਟੀਗ੍ਰੇਟ ਕਰਦਾਂਗੇ a ਤੋਂ ਲੈ ਕੇ b ਤੱਕ ਦੈਨ ਆਪਣੇ ਕੋਲ ਇਹ ਜਿਹੜੀ ਪੂਰੀ ਕਰਵ ਹੈਗੀ ਆ ਉਸ ਦਾ ਕੀ ਆ ਜਾਏਗਾ ਆਪਣੇ ਕੋਲ ਏਰੀਆ ਫਾਈਂਡ ਆਊਟ ਕਰਨ ਆ ਜਾਏਗਾ ਇਸੇ ਕਰਕੇ ਆਪਾਂ ਕੀ ਯੂਜ਼ ਕਰਦੇ ਆ ਇੰਟੀਗ੍ਰੇਸ਼ ਠੀਕ ਹੈ ਹੁਣ ਤੁਹਾਡੇ ਕੋਲੇ ਆਪਾਂ ਡੈਰੀਵੇਟਿਵ ਕੀਤਾ ਪਹਿਲਾਂ ਡੈਰੀਵੇਟਿਵ ਦਾ ਜਿਹੜਾ ਸਾਈਨ ਸੀਗਾ ਉਹ ਆਪਾਂ ਲਿਖਦੇ ਸੀ dy/dx ਹੁਣ ਤੁਹਾਡੇ ਕੋਲੇ ਇੰਟੀਗ੍ਰੇਸ਼ਨ ਦਾ ਸਾਈਨ ਹੈਗਾ ਇਹ ਵਲ ਠੀਕ ਹੈ ਇਹ ਹੈਗਾ ਸੀ ਡੈਰੀਵੇਟਿਵ ਇਹ ਹੈਗਾ ਤੁਹਾਡੇ ਕੋਲੇ ਇੰਟੀਗ੍ਰੇਸ਼ਨ ਹੁਣ ਆਪਾਂ ਕੁਝ ਇੰਟੀਗ੍ਰੇਸ਼ਨ ਦੇ ਲਈ ਫਾਰਮੂਲੇ ਕਰਨੇ ਆ ਉਹ ਕੀ মিয়া ਤੁਹਾਡੇ ਕੋਲੇ ਇੰਟੀਗ੍ਰੇਸ਼ਨ ਆਫ x ਦੀ ਪਾਵਰ n dx ਇਹਦਾ ਇੰਟੀਗ੍ਰੇਸ਼ਨ ਕੀ ਆਏਗਾ ਪਹਿਲਾਂ ਆਪਾਂ ਕੀ ਕਰਦੇ ਸੀ ਡੈਰੀਵੇਟਿਵ ਦੇ ਵਿੱਚ ਪਾਵਰ ਅੱਗੇ ਆਉਂਦੀ ਸੀ ਤੇ ਪਾਵਰ ਦੇ ਵਿੱਚੋਂ 1 ਮਾਈਨਸ ਹੁੰਦਾ ਸੀ ਹੁਣ ਇਸ ਦੇ ਵਿੱਚ ਕੀ ਹੈ ਜਿਹੜੀ ਪਾਵਰ ਹੈ ਇੱਕ ਇਨਕਰੀਜ਼ ਹੋਏਗੀ ਆ ਪਾਉਂਚ ਜਿੰਨਾ ਆ ਵਾਲੀ ਪਾਵਰ ਹੈ ਉਹ ਕੀ ਆ ਜਾਊਗਾ ਆਪਣਾ ਆ ਪਾਉਂ ਦੇ ਵਿੱਚ ਆ ਜਾਏਗਾ ਜਿਵੇਂ ਇੰਟੀਗ੍ਰੇਸ਼ਨ ਹੈਗਾ 1/x dx ਇਸ ਦੀ ਇੰਟੀਗ੍ਰੇਸ਼ਨ ਆਪਣੇ ਕੋਲੇ ਕੀ ਆਏਗੀ log x ਹੁਣ ਕੁਝ ਫਾਰਮੂਲੇ ਜਿਵੇਂ ਤੁਹਾਡੇ ਕੋਲੇ ਆ ਵਾਲਾ ਫਾਰਮੂਲਾ ਆਪਾਂ ਕਰ ਚੁੱਕੇ ਹਾਂ ਆਵळा ਫਾਰਮੂਲਾ ax+b ਦੀ ਪਾਵਰ n dx a ਦੀ ਇੰਟੀਗ੍ਰੇਸ਼ਨ ਕਰਨੀ ਆ ਉਹ ਕਿਵੇਂ ਆਵੇਗੀ ਪਹਿਲਾਂ ਤਾਂ ਆਪਾਂ a ਜਿਹੜਾ ਫੰਕਸ਼ਨ ਆਪਾਂ ਨੂੰ ਦਿੱਤਾ ਹੋਸੀ ਪਾਵਰ ਆਪਾਂ ਇੱਕ ਇਨਕਰੀਜ਼ ਕਰ ਦੇਣੀ ਆ ਇਨਕਰੀਜ਼ ਕਰਨ ਤੋਂ ਬਾਅਦ ਜਿੰਨਾ ਆਵळा ਹੈਗਾ ਆਪਣੇ ਕੋਲੇ ਪਾਵਰ ਉਹ ਆਪਣੇ ਕੋਲੇ نیچے ਆਏਗਾ ਠੀਕ ਹੈ ਹੁਣ ਇਸ ਦੇ ਵਿੱਚ ਕੀ ਆ ax+by ਇਸ ਦਾ ਆਪਾਂ ਕੀ ਕਰਨਾ ਪੈਣਾ ਆਪਾਂ ਨੂੰ ਡੈਰੀਵੇਟਿਵ ਕਰਨਾ ਪੈਣਾ ਪਾਵਰ ਦਾ ਅਗਰ ਤਾਂ ਆਪਣੇ ਕੋਲੇ ਓਨਲੀ b ਸੀ ਉਹ ਤੁਹਾਡੇ ਕੋਲੇ ਕਨਸਟੈਂਟ ਹੈ ਕੀ ਦਾ ਉਹਦਾ ਨਹੀਂ ਹੋਵੇਗਾ ਕਨਸਟੈਂਟ ਕਨਸਟੈਂਟ ਦਾ ਡੈਰੀਵੇਟਿਵ ਏ ਐਕਸ ਪਲੱਸ ਬੀ ਹੁਣ ਐਕਸ ਦੇ ਨਾਲ ਏ ਲੱਗਿਆ ਇਸੇ ਕਰਕੇ ਆਪਾਂ ਨੂੰ ਕੀ ਹੈ ਇਸ ਦਾ ਡੈਰੀਵੇਟਿਵ ਕਰਨਾ ਪਿਆ ਜਿਵੇਂ ਤੁਹਾਡੇ ਕੋਲੇ ਸਾਈਨ ਐਕਸ ਦੀ ਇੰਟੀਗ੍ਰੇਸ਼ਨ ਕੀ ਹੈਗੀ ਮਾਈਨਸ ਕੋਸ ਐਕਸ ਤੇ ਸਾਈਨ ਏ ਐਕਸ ਪਲੱਸ ਬੀ ਐਕਸ ਦੀ ਨੂੰ ਆਪਾਂ ਰਿਪਲੇਸ ਕਰਤਾ ਏ ਐਕਸ ਪਲੱਸ ਬੀ ਦੇ ਨਾਲ ਉਸ ਦੀ ਇੰਟੀਗ੍ਰੇਸ਼ਨ ਕੀ ਹੈ ਮਾਈਨਸ ਕੋਸ ਐਕਸ ਦੀ ਜਗ੍ਹਾ ਤੇ ਆਪਾਂ ਏ ਐਕਸ ਪਲੱਸ ਬੀ ਲਿਖਾਂਗੇ نیچے ਆਪਣੇ ਕੋਲੇ ਕੀ ਆਏਗਾ ਡੈਰੀਵੇਟਿਵ ਆਫ ਏ ਵਾਹ ਜਿਹੜਾ ਆਪਣੇ ਕੋਲੇ ਕੀ ਹੈ ਐਂਗਲ ਦੇ ਵਿੱਚ ਹੈਗਾ ਏ ਐਕਸ ਪਲੱਸ ਬੀ ਉਸ ਤੋਂ ਬਾਅਦ ਤੁਹਾਡੇ ਕੋਲੇ ਹੈਗਾ cos x ਦਾ ਇੰਟੀਗ੍ਰੇਸ਼ਨ cos x ਦਾ ਇੰਟੀਗ੍ਰੇਸ਼ਨ ਹੈਗਾ sin x ਠੀਕ ਹੈ sin x ਤੇ ਇਹ ਵਾਲਾ ਹੈਗਾ cos ax b ਦਾ cos ਆਪਣੇ ਕੋਲੇ ਕੀ ਆ ਰਿਹਾ ਹੈ sin ax b हूँ नी आला जरागल दे हो जाएगा अपने को डेरीवेटिव वन अपॉन एक्स का इंटीग्रेशन लॉग एक्स वन अपॉन ए एक्स प्लस बी का इंटीग्रेशन अपने को हो जाऊगा लॉग ए एक्स प्लस बी डेरीवेटिव ऑफ ए एक्स प्लस बी ए जो आप सी लैके चल रहे हर एक कि है कॉन्सटेंट ऑफ इंटीग्रेष ईदी पाबर एक्स का e e इंटीग्रेष्न है ईदर एक्स ईदी पावर ए एक्स प्लस बी का इंटीग्रेष्ठन की है ईद पावर ए एक्स प्लस बी एजट इज ईदर एक्स ਡੈਰੀਵੇਟਿਵ نیچے ਕੀ ਇਹ ਵਾਲੀ ਪਾਵਰ ਦੇ ਡੈਰੀਵੇਟਿਵ ਹੁਣ ਉਸ ਤੋਂ ਬਾਅਦ ਤੁਹਾਡੇ ਕੋਲੇ ਕੀ ਹੈ ਥਿਊਰਮ ਫਰਸਟ ਕੀ ਕਹੇ ਰਹੀ ਹੈ ਥਿਊਰਮ ਫਰਸਟ ਦੇ ਵਿੱਚ ਆਪਣੇ ਕੋਲੇ ਕੀ ਹੈ ਇੰਟੀਗ੍ਰੇਸ਼ਨ ਆਫ ਸੀ ਯੂ ਇੰਟੂ ਡੀ ਐਕਸ ਹੁਣ ਸੀ ਆਪਣੇ ਕੋਲੇ ਕੀ ਹੈ ਕਨਸਟੈਂਟ ਹੈ ਕੋ ਕਦੇ ਵੀ ਆਪਾਂ ਜਿਹੜਾ ਕਨਸਟੈਂਟ ਆ ਉਹ ਇੰਟੀਗ੍ਰੇਸ਼ਨ ਦੇ ਕੀ ਹੈ ਅੰਦਰ ਨਹੀਂ ਲਿਖਣਾ ਉਹ ਹਮੇਸ਼ਾ ਕੀ ਆਏਗਾ ਆਪਣੇ ਕੋਲੇ ਬਾਹਰ ਤਾਂ ਸੀ ਆਪਣੇ ਕੋਲੇ ਕਨਸਟੈਂਟ ਸੀ ਉਹ ਬਾਹਰ ਲਿਖਿਆ ਇੰਟੀਗ੍ਰੇਸ਼ਨ ਆਫ ਯੂ ਡੀ ਐਕਸ ਸੈਕੰਡ ਥਿਊਰਮ ਦੇ ਵਿੱਚ ਕੀ ਹੈ ਇੰਟੀਗ੍ਰੇਸ਼ਨ ਆਫ ਯੂ ਪਲੱਸ ਮਾਈਨਸ ਵੀ ਪਲੱਸ ਮਾਈਨਸ ਡਬਲਿਊ ਇੰਟੂ ਡੀ ਐਕਸ ਇਸ ਦਾ ਇੰਟੀਗ੍ਰੇਸ਼ਨ ਕਰਨ ਆਪਾਂ ਇਸ ਦਾ ਇੰਟੀਗ੍ਰੇਸ਼ਨ ਕਰਨ ਦੇ ਲਈ ਤਿੰਨਾਂ ਫੰਕਸ਼ਨਸ ਨੂੰ ਕੀ ਕਰਦਾਂਗੇ ਅਲੱਗ-ਅਲੱਗ ਕਰਕੇ ਲਿਖਣਾ ਹੈ ਇੰਟੀਗ੍ਰੇਸ਼ਨ ਆਫ ਯੂ ਡੀ ਐਕਸ ਪਲੱਸ ਮਾਈਨਸ integration of uv dx plus minus integration of wdx ਇਸ ਅੱਗੇ ਆਪਾਂ ਨੂੰ ਇਹਨਾਂ ਫਾਰਮੂਲੇਜ਼ ਦੇ ਬੇਸਿਸ ਤੇ ਆਪਾਂ ਨੂੰ ਕੀ ਹੈ ਕੁਝ ਸਮ ਦਿੱਤੇ ਹੋਏ ਆ ਉਹਨਾਂ ਸਮਝ ਨੂੰ ਤੁਸੀਂ ਟਰਾਈ ਕਰਕੇ ਵੇਖ ਲਿਓ